ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਜੀ ਇਹ ਗੁਰੂ ਨਾਨਕ ਵਾਟਿਕਾ ਬਣੀ ਹੋਈ ਆ। ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਇਸ ਬਾਗ ਬਾਰੇ ਜੀ। ਬਹੁਤ ਸੋਹਣਾ ਅਤੇ ਵੱਡਾ ਇਹ ਬਾਗ ਬਣਿਆ ਹੋਇਆ ਜੀ। ਇਹ ਬੱਚੇ ਜਾ ਰਹੇ ਆ ਸਕੂਲ ਜੀ। ਆ ਜਾਓ, ਤੁਹਾਨੂੰ ਇੱਕ ਜਗ੍ਹਾ ਵੱਲ ਨੂੰ ਲੈ ਕੇ ਚੱਲਦੇ ਹਾਂ। ਸੁਣਦੇ ਹਾਂ ਤੁਹਾਨੂੰ ਉਹ ਜਗ੍ਹਾ ਜੀ, ਇਹ ਲੋਕ ਕਿਸ ਤਰ੍ਹਾਂ ਆਪਣਾ ਜੀਵਨ ਬਸਰ ਕਰਦੇ ਨੇ ਜੀ। ਇੱਕ ਝਰਨਾ ਆਉਂਦਾ ਪਾਣੀ ਦਾ ਜੀ, ਜਿਸ ਜਗ੍ਹਾ ਤੋਂ ਇੱਥੇ ਦੇ ਜਿਹੜੀ ਲੋਕਲ ਲੋਕ ਨੇ ਜੀ ਉਹ ਪਾਣੀ ਪੀਂਦੇ ਨੇ ਉਸ ਝਰਨੇ ਦਾ ਜੀ। ਤੁਹਾਨੂੰ ਦਿਖਾਉਂਦੇ ਹਾਂ ਜੀ ਉਹ ਜਗ੍ਹਾ ਜੀ, ਜਾਣੀ ਤੁਸੀਂ ਯਕੀਨ ਮੰਨਿਓ ਮਨ ਨੂੰ ਇੱਕ ਸਕੂਨ ਇੱਕ ਸ਼ਾਂਤੀ ਮਿਲਦੀ ਆ ਜਦੋਂ ਆਪਾਂ ਇਸ ਸਥਾਨ ਦੇ ਉੱਤੇ ਆਉਂਦੇ ਹਾਂ ਜੀ। ਚਾਰੇ ਪਾਸੇ ਵੱਡੇ ਵੱਡੇ ਰੁੱਖ ਨੇ ਜੀ, ਬਹੁਤ ਵਧੀਆ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ। ਦੇਖ ਸਕਦੇ ਹਾਂ ਆਪਾਂ ਆਪਣੀ ਸਕਰੀਨ ਦੇ ਉੱਤੇ ਜੀ। ਦੇਖੋ ਉੱਚੇ ਉੱਚੇ ਪਹਾੜ ਨੇ, ਪਹਾੜਾਂ ਦੇ ਦੂਸਰੇ ਪਾਸੇ ਪਾਕਿਸਤਾਨ ਆ ਜੀ ਅਤੇ ਇਸ ਪਾਸੇ ਆ ਇੰਡੀਆ ਜੀ। ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਜੀ, ਇਸ ਜਗ੍ਹਾ ਜੀ ਤਕਰੀਬਨ 45 ਤੋਂ 50 ਘਰ ਨੇ ਜੀ ਡੇਰਾ ਬਾਬਾ ਜਗ੍ਹਾ ਵਿਖੇ ਜੀ। ਜਾਣੀ ਕਿਸੇ ਘਰ ਦੇ ਵਿੱਚ ਵੀ ਮੀਟਰ ਨਹੀਂ ਲੱਗਿਆ ਹੋਇਆ ਜੀ। ਇੱਕ ਵਾਰ ਲੋਡ ਚੈੱਕ ਹੋਏ ਸੀ, ਆਪਾਂ ਉਸ ਵੀਡੀਓ 'ਚ ਵੀ ਗੱਲ ਕੀਤੀ ਸੀ, ਉਹਦੇ ਹਿਸਾਬ ਨਾਲ ਹਰੇਕ ਮਹੀਨੇ ਬਿੱਲ ਭੇਜਿਆ ਜਾਂਦਾ ਜੀ। ਕਿਸੇ ਨੂੰ 150, ਕਿਸੇ ਨੂੰ 200, ਕਿਸੇ ਨੂੰ 500, ਕਿਸੇ ਨੂੰ 600, ਬਸ ਉਸ ਦੇ ਹਿਸਾਬ ਨਾਲ ਬਿੱਲ ਭੇਜੇ ਜਾਂਦੇ ਨੇ ਜੀ। ਇਹ ਆ ਜੀ ਉਹ ਜਗ੍ਹਾ ਜੀ, ਜਿਸ ਜਗ੍ਹਾ ਪਾਣੀ ਆਉਂਦਾ ਆ ਉੱਤੋਂ ਝਰਨਿਆਂ ਦਾ ਪਾਣੀ ਆਉਂਦਾ ਜੀ। ਆਹ ਦੇਖ ਸਕਦੇ ਹੋ ਤੁਸੀਂ, ਇਹਨੂੰ ਬੌਲੀ ਵੀ ਕਹਿੰਦੇ ਨੇ ਜੀ। ਇਹ ਦੇਖੋ ਅੰਦਰ ਪਾਣੀ ਦੀ ਫੁੱਲ ਆ ਜੀ, ਇਹ ਦੇਖੋ ਸਾਫ਼ ਪਾਣੀ ਆ, ਪੂਰਾ ਸ਼ੁੱਧ ਪਾਣੀ ਆ ਜੀ। ਇਹਨੂੰ ਬੌਲੀ ਕਹਿੰਦੇ ਨੇ, ਉੱਪਰੋਂ ਪਾਣੀ ਆਉਂਦਾ ਜੀ, ਇਹ ਠੰਡਾ ਚਿਲਡ ਪਾਣੀ ਆ ਜੀ। ਇੱਥੋਂ ਦੇ ਲੋਕ ਜੀ ਇਸ ਜਗ੍ਹਾ ਤੋਂ ਪਾਣੀ ਭਰ ਕੇ ਲੈ ਕੇ ਜਾਂਦੇ ਨੇ ਜੀ ਪੀਣ ਵਾਲਾ ਜੀ। ਇਹ ਵੀਰ ਵੀ ਆਇਆ ਪਾਣੀ ਭਰਨ ਜੀ ਇਸ ਜਗ੍ਹਾ ਦੇ ਉੱਤੋਂ, ਬੁਰਸ਼ ਕਰਦਾ ਜੀ ਵੀਰ ਆਇਆ ਇਸ ਜਗ੍ਹਾ ਦੇ ਉੱਤੇ ਪਾਣੀ ਭਰ ਰਿਹਾ ਜੀ ਇਸ ਜਗ੍ਹਾ ਦੇ ਉੱਤੋਂ। ਜਾਣੀ ਦੇਖੋ ਜੇ ਜ਼ਿਆਦਾ ਹਿੱਲੇ ਨਹੀਂ ਹੈਗੇ ਜੀ, ਫਿਰ ਵੀ ਇਹ ਲੋਕ ਖੁਸ਼ਹਾਲ ਨੇ, ਖੁਸ਼ ਨੇ ਜੀ ਆਪਣੀ ਜ਼ਿੰਦਗੀ ਤੋਂ, ਸਕੂਨ ਆ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜੀ। ਕੋਈ ਬਹੁਤੀ ਭੱਜ ਦੜ ਨਹੀਂ ਹੈਗੀ ਜੀ ਲੋਕਾਂ ਦੀ ਲਾਈਫ ਦੇ ਵਿੱਚ ਜੀ। ਬਹੁਤ ਵਧੀਆ ਇਸ ਜਗ੍ਹਾ ਦੇ ਲੋਕ ਜੀ ਆਪਣਾ ਜੀਵਨ ਬਤੀਤ ਕਰਦੇ ਨੇ ਜੀ। ਇਹ ਵੀਰ ਆਇਆ ਡਿਊਟੀ ਜੀ ਇਸ ਜਗ੍ਹਾ, ਇੱਥੇ ਡਿਊਟੀ ਕਰਦਾ ਜੀ, ਉੱਪਰੋਂ ਉਤਰਿਆ ਹੋਣਾ ਪਹਾੜ ਤੋਂ ਇਹ ਵੀਰ, ਉੱਪਰ ਇਹਦੀ ਰਿਹਾਇਸ਼ ਹੋਣੀ ਆ ਜੀ। ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ, ਸਾਡਾ ਹੌਸਲਾ ਵਧਾਇਓ ਜੀ। ਪਹਾੜੀ ਵੀਰਾਂ ਵੱਲੋਂ ਜੀ ਬਾਬਾ ਸੁਰਗਲ ਦੀ ਜਗ੍ਹਾ ਕਹਿੰਦੇ ਨੇ ਜੀ, ਇਹ ਇਹਨਾਂ ਦੇ ਵੱਡੇ ਵਡੇਰੇ ਹੋਣੇ ਆ ਜੀ, ਇਹ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਜੀ। ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਇਹ ਆ ਜੀ ਗੁਰੂ ਨਾਨਕ ਵਾਟਿਕਾ, ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਜੀ। ਅਤੇ ਇਹਦੇ ਨਾਲ ਜੀ ਇਹ ਸ਼ੌਪ ਆ ਜੀ ਗੋਪਾਲ ਜੀ ਦੀ, ਗੋਪਾਲ ਸ਼ਰਮਾ ਜੀ ਦੀ ਸ਼ੌਪ ਆ ਜੀ। ਇਹ ਛੋਟਾ ਜਿਹਾ ਰੋਡ ਆ ਜੀ, ਉਹਦੇ ਉੱਤੇ ਸ਼ੌਪ ਆ ਜੀ ਇਹਨਾਂ ਦੀ।
ਜਾਣੀ ਵੱਡੀਆਂ ਗੱਡੀਆਂ ਜਾਂ ਵੱਡਾ ਸਾਧਨ ਇਸ ਦੁਕਾਨ ਤੱਕ ਨਹੀਂ ਪਹੁੰਚਦਾ ਜੀ। ਜਾਣੀ ਬਹੁਤ ਮਿਹਨਤ ਕਰਦੇ ਨੇ ਜੀ, ਇਹ ਮਿਹਨਤ ਮੁਸ਼ੱਕਤ ਦੇ ਨਾਲ ਜੀ ਇਹ ਸ਼ੋਪਸ ਚਲਾ ਰਹੇ ਨੇ ਜੀ। ਜਾਣੀ ਵੱਡੇ ਰੋਡ ਤੋਂ ਸਮਾਨ ਚੱਕ ਕੇ ਲਿਆਉਣਾ ਪੈਂਦਾ ਜੀ ਇਸ ਦੁਕਾਨ ਤੱਕ, ਪਰ ਫਿਰ ਵੀ ਜੀ ਜਿਹੜੀਆਂ ਲੋੜਾਂ ਨੇ ਇਹਨਾਂ ਦੇ ਇਸ ਪਿੰਡ ਦੇ ਇਸ ਏਰੀਏ ਦੇ ਲੋਕਾਂ ਦੀਆਂ, ਉਹ ਪ੍ਰੋਬਲਮ ਨੂੰ ਇਹ ਹੱਲ ਕਰਦੇ ਨੇ ਜੀ। ਉਹਨਾਂ ਦੀ ਹਰ ਇੱਕ ਜ਼ਰੂਰਤ ਦਾ ਸਮਾਨ ਜੀ ਇਹ ਪਹੁੰਚਦਾ ਕਰਦੇ ਨੇ ਜੀ। ਲਾਈਟ ਹੈ ਨਹੀਂ, ਲਾਈਟ ਚਲੇ ਗਈ ਆ। ਜਾਣੀ ਕਾਫੀ ਕੁਛ ਸਮਾਨ ਇਹਨਾਂ ਨੇ ਰੱਖਿਆ ਹੋਇਆ ਆ, ਜਿਹੜੀ ਵੀ ਇਹਨਾਂ ਲੋਕਾਂ ਦੀ ਜ਼ਰੂਰਤ ਆ ਜੀ ਉਸ ਜ਼ਰੂਰਤ ਨੂੰ ਇਹ ਗੋਪਾਲ ਜੀ, ਗੋਪਾਲ ਸ਼ਰਮਾ ਜੀ ਪੂਰੀ ਕਰਦੇ ਨੇ ਵੀ ਮੇਰੇ ਏਰੀਏ ਦੇ ਲੋਕਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਜੀ। ਤਕਰੀਬਨ ਜੀ 65 ਤੋਂ 67 ਸਾਲ ਇਹਨਾਂ ਦੀ ਉਮਰ ਆ ਜੀ। ਇਸ ਉਮਰ ਦੇ ਵਿੱਚ ਵੀ ਹਰ ਇੱਕ ਚੀਜ਼ ਲੋਕਾਂ ਨੂੰ ਮੁਹੱਈਆ ਕਰਵਾਉਂਦੇ ਨੇ ਜੀ ਇਹ। ਜਾਣੀ ਬਹੁਤ ਮਿਹਨਤ ਕਰਨੀ ਪੈਂਦੀ ਆ, ਵੱਡੇ ਰੋਡ ਤੋਂ ਚੱਕ ਕੇ ਸਮਾਨ ਜੀ ਇਸ ਦੁਕਾਨ ਤੱਕ ਲਿਆਉਣਾ ਪੈਂਦਾ ਆ ਜੀ, ਪਰ ਇਹ ਲੱਗੇ ਹੋਏ ਨੇ ਜੀ। ਜਾਣੀ ਸੇਵਾ ਕਹਿ ਸਕਦੇ ਹਾਂ ਆਪਾਂ, ਸੇਵਾ ਕਰ ਰਹੇ ਨੇ ਜੀ, ਕਈ ਸਾਲ ਨੌਕਰੀ ਵੀ ਕੀਤੀ ਇਹਨਾਂ ਨੇ ਜੀ ਵਣ ਵਿਭਾਗ ਦੇ ਵਿੱਚ ਜੀ, ਪਰ ਉਹਨਾਂ ਨੇ ਪੱਕੇ ਨਹੀਂ ਕੀਤਾ ਇਹਨਾਂ ਨਾਲ ਜੀ। ਇਹਨਾਂ ਦਾ ਬੇਟਾ ਫੌਜ ਦੇ ਵਿੱਚ ਆ ਜੀ, ਜੋਬ ਕਰਦਾ CRPF ਦੇ ਵਿੱਚ। ਇਹਨਾਂ ਦਾ ਇੱਕ ਪੁਰਾਣਾ ਘਰ ਬਣਿਆ ਹੋਇਆ ਜੀ, ਆਪਾਂ ਉਸ ਘਰ ਨੂੰ ਵੀ ਦੇਖਾਂਗੇ। ਲੱਕੜ ਦਾ ਘਰ ਆ, ਬਹੁਤ ਪੁਰਾਣਾ ਘਰ ਆ ਜੀ, ਉਹ ਬਣਿਆ ਹੋਇਆ ਲੱਕੜ ਦਾ, ਬਹੁਤ ਸੋਹਣਾ ਘਰ ਆ। ਆਪਾਂ ਚੱਲ ਕੇ ਉਸ ਘਰ ਨੂੰ ਵੀ ਦੇਖਦੇ ਹਾਂ ਜੀ। ਇਸ ਘਰ ਦੇ ਵਿੱਚ ਐਂਟਰ ਕਰਦੇ ਹਾਂ, ਇੱਕ ਇਹ ਤੁਲਸੀ ਦਾ ਬੂਟਾ ਆ ਜੀ, ਪੂਜਾ ਕੀਤੀ ਜਾਂਦੀ ਆ ਹਿੰਦੂ ਧਰਮ ਅਨੁਸਾਰ ਜੀ ਇਸ ਬੂਟੇ ਦੀ, ਬਹੁਤ ਪਵਿੱਤਰ ਜੀ ਬੂਟਾ ਇਹ ਤੁਲਸੀ ਦਾ ਮੰਨਿਆ ਜਾਂਦਾ ਆ ਜੀ। ਅਤੇ ਇਹ ਆ ਜੀ ਉਹ ਪੁਰਾਣਾ ਘਰ ਜੀ, ਗੋਪਾਲ ਜੀ ਤੋਂ ਆਪਾਂ ਜਾਣਦੇ ਹਾਂ ਜੀ ਇਹ ਕਿੰਨਾ ਕੁ ਪੁਰਾਣਾ ਆ ਜੀ, ਅਤੇ ਇਸ ਘਰ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਗੋਪਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਘਰ ਬਾਰੇ ਦੱਸਿਓ ਥੋੜ੍ਹਾ ਜਿਹਾ ਸਾਨੂੰ ਜੀ। ਇਹ ਅਸੀਂ ਛੋਟੇ ਛੋਟੇ ਸੀ ਜੀ, ਥੱਲੇ ਪਿਤਾ ਹੋਰਾਂ ਨੇ ਬਣਾਇਆ ਹੈ ਘਰ, ਅਤੇ ਇਹ ਜਿਹੜੇ ਸ਼ਤੀਰ ਲੱਗੇ ਹੋਏ ਨਾ, ਇੱਕੋ ਗੇਲੀ ਸੀ, ਇਸ ਦੇ 12 ਸ਼ਤੀਰ ਨਿਕਲੇ ਸੀ। ਮਤਲਬ ਦਰਿਆ 'ਚ ਜਿਹੜੀ ਲੱਕੜ ਆਉਂਦੀ ਸੀ ਭੱਜੀ ਟੁੱਟੀ, ਉਸ ਦੀ ਲਾਮੀ ਹੁੰਦੀ ਸੀ ਇੱਥੇ, ਅਤੇ ਉਹ ਇੱਕ ਗੇਲੀ ਜਿਹੜੀ ਉਸ ਦੇ 12 ਸ਼ਤੀਰ ਬਣੇ ਸੀ, ਅਤੇ ਉਹ ਸ਼ਤੀਰ ਜਿਹੜੇ ਲੱਗੇ ਹੋਏ ਨੇ ਦੇਵਦਾਰ ਦੇ, ਦੇਵਦਾਰ ਦੇ ਇਹ ਸ਼ਤੀਰ ਲੱਗੇ ਹੋਏ ਨੇ ਜੀ, ਆਪਾਂ ਦੇਖ ਸਕਦੇ ਆਪਣੀ ਸਕਰੀਨ ਦੇ ਉੱਤੇ ਜੀ। ਜਾਣੀ ਬਹੁਤ ਸੋਲਿਡ, ਬਹੁਤ ਮਜ਼ਬੂਤ ਜੀ ਇਹ ਘਰ ਆ। ਮੈਂ ਜਦੋਂ ਪਿਛਲੀ ਵਾਰ ਆਇਆ ਜੀ, ਅਤੇ ਮੈਂ ਇਸ ਘਰ ਨੂੰ ਦੇਖਣਾ ਚਾਹੁੰਦਾ ਸੀ, ਉਦੋਂ ਸਬੱਬ ਨਹੀਂ ਬਣਿਆ ਜੀ, ਆਪਾਂ ਨਹੀਂ ਆ ਸਕੇ ਇਸ ਘਰ ਦੇ ਵਿੱਚ ਜੀ। ਆਪਾਂ ਅੱਜ ਇਸ ਘਰ ਨੂੰ ਦੇਖ ਰਹੇ ਹਾਂ ਜੀ। ਇਹ ਮੰਦਿਰ ਬਣਿਆ, ਪੂਜਾ ਰੂਮ ਬਣਿਆ ਹੋਇਆ ਜੀ। ਆਪਾਂ ਵੀ ਆਪਣੇ ਘਰਾਂ ਦੇ ਵਿੱਚ ਪੂਜਾ ਰੂਮ ਬਣਾਉਂਦੇ ਹਾਂ ਜੀ, ਇਹ ਵੀ ਜ਼ਰੂਰੀ ਆ ਜੀ। ਉਸ ਪਰਮਾਤਮਾ, ਉਸ ਵਾਹਿਗੁਰੂ ਦਾ ਜੀ, ਜਿਹਨੂੰ ਵੀ ਆਪਾਂ ਮੰਨਦੇ ਹਾਂ ਉਹਦਾ ਨਾਮ ਲੈਣਾ ਚਾਹੀਦਾ ਆ ਜੀ। ਇਹ ਦੇਖੋ ਥੱਲਿਓਂ ਕੱਚਾ ਆ ਜੀ, ਇਹ ਕੱਚਾ ਆ ਨਾ, ਇਹ ਥੱਲਿਓਂ ਕੱਚਾ ਆ ਅਤੇ ਲਿਪਿਆ ਹੋਇਆ ਜੀ ਇਹ। ਦੇਖੋ ਕਿਹੜੇ ਕਿਹੜੇ ਸਤੀਰ ਨੇ ਜੀ, ਇਹ ਲੱਕੜ ਦਾ ਘਰ ਆ ਜੀ ਇਹ। ਇਹ ਅਲਮਾਰੀਆਂ ਨੇ ਲੱਕੜ ਦੀਆਂ ਜੀ। ਦੇਖੋ ਕੱਚਾ ਘਰ ਆ ਥੱਲਿਓਂ ਜੀ, ਉੱਪਰ ਲੱਕੜ ਦੇ ਫੱਟੇ ਅਤੇ ਬਾਲੇ ਨੇ ਜੀ ਇਹ ਪਾਏ ਹੋਏ। ਇਹ ਉੱਪਰ ਸ਼ੈੱਡ ਪਾਉਣਾ ਪਿਆ ਜੀ, ਚਾਦਰਾਂ ਪਾਉਣੀਆਂ ਪਈਆਂ ਸਟੀਲ ਦੀਆਂ, ਕਿਉਂਕਿ ਚੋਣ ਲੱਗ ਗਿਆ ਸੀ ਜੀ ਇਹ। ਸਿਰਫ ਇਹੀ ਬਦਲਾਅ ਕੀਤਾ ਇਸ ਘਰ ਦੇ ਵਿੱਚ ਜੀ। 65 ਸਾਲ ਪੁਰਾਣਾ ਜੀ ਇਹ ਘਰ ਆ ਜੀ ਇਹ, ਆਪਾਂ ਦੇਖ ਸਕਦੇ ਆਪਣੀ ਸਕਰੀਨ ਦੇ ਉੱਤੇ ਜੀ। ਇਹ ਆ ਜੀ ਗੋਪਾਲ ਜੀ ਦੀ, ਗੋਪਾਲ ਸ਼ਰਮਾ ਜੀ ਦੀ ਲੂਨਾ ਜੀ। ਇਹਦੇ ਉੱਤੇ ਸਮਾਨ ਢੋਂਦੇ ਨੇ ਜੀ ਇਹ, ਢੋਆ ਢੁਆਈ ਕਰਦੇ ਨੇ ਜੀ ਮੇਨ ਰੋਡ ਤੋਂ। ਇਹਦੇ ਉੱਤੇ ਸਮਾਨ ਚੱਕ ਕੇ ਲੈ ਕੇ ਆਉਂਦੇ ਨੇ। ਜਿਹੜੀ ਦੁਕਾਨ ਆ ਜੀ, ਬੇਸ਼ੱਕ ਇਹਨਾਂ ਦਾ ਬਿਜ਼ਨਸ ਆ, ਪਰ ਹਰ ਇੱਕ ਬੰਦਾ ਬਿਜ਼ਨਸ ਦੇ ਵਿੱਚ ਵੀ ਇੰਨੀ ਮਿਹਨਤ ਨਹੀਂ ਕਰਦਾ ਜੀ। ਤੁਸੀਂ ਯਕੀਨ ਮੰਨਿਓ, ਆਪਾਂ ਵੀ ਦੁਕਾਨਾਂ ਕਰਦੇ ਹਾਂ, 1 ਰੁਪਈਆ 2 ਰੁਪਈਏ ਮਾਰਜਨ ਆ ਜੀ ਚੀਜ਼ਾਂ ਦੇ ਵਿੱਚ, ਫਿਰ ਵੀ ਇਹ ਬੰਦੇ ਮਿਹਨਤ ਕਰਦੇ ਨੇ ਜੀ ਉਸੇ ਰੇਟ ਦੇ ਉੱਤੇ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਮਿਲਦੀਆਂ ਨੇ। ਕੋਲਡ ਡਰਿੰਕਸ 20 ਰੁਪਏ ਦੀ, 5 ਰੁਪਏ ਦਾ ਲੇਸ ਕੁਰਕਰਾ,
ਉਹਨੇ ਦਾ ਹੀ ਵੇਚਦੇ ਨੇ ਜੀ, ਕੋਈ ਮਹਿੰਗਾ ਨਹੀਂ ਵੇਚਦੇ ਹੈਗੇ ਜੀ ਇਹ। ਜਾਣੀ ਮਿਹਨਤ ਕਰਨੀ ਪੈਂਦੀ ਹੈ ਜਿਹੜੇ ਪਹਾੜੀ ਲੋਕ ਨੇ ਉਹਨਾਂ ਨੂੰ ਜੀ ਬਹੁਤ ਜ਼ਿਆਦਾ ਜੀ, ਫਿਰ ਕਿਤੇ ਜਾ ਕੇ ਬਿਜ਼ਨਸ ਸਫਲ ਹੁੰਦੇ ਨੇ, ਚੱਲਦੇ ਨੇ ਜੀ। ਆਪਾਂ ਚੱਕ ਲਈ ਲੂਣਾ ਜੀ ਅਤੇ ਜਾ ਰਹੇ ਹਾਂ ਗੋਪਾਲ ਜੀ ਦੀ ਲੂਣਾ ਦੇ ਉੱਤੇ। ਬਾਬਾ ਜੀ ਦਾ ਪੈਟਰੋਲ ਪੰਪ ਵੀ ਆ ਜੀ ਇਸ ਜਗ੍ਹਾ ਜੀ, ਇਸ ਜਗ੍ਹਾ ਦੇ ਉੱਤੇ ਲਾਇਆ ਹੋਇਆ ਜੀ, ਆਪਾਂ ਉਹਨੂੰ ਚੱਲ ਕੇ ਦੇਖਦੇ ਹਾਂ ਜੀ। ਅਤੇ ਹੰਸਰਾਜ ਜੀ ਚਲਾ ਰਹੇ ਨੇ ਲੂਣਾ ਜੀ, ਇਹ ਹਾਂਸੀ ਤੋਂ ਨੇ। ਗੋਪਾਲ ਜੀ ਦੇ ਜਿਹੜੀ ਦੋਸਤ ਨੇ ਜੀ, ਇਹ ਪੁਰਾਣੇ ਮਿੱਤਰ ਨੇ ਜੀ, ਇਹਨਾਂ ਨੇ ਆਪਣੀ ਗੋਪਾਲ ਜੀ ਨਾਲ ਜਾਣ ਪਛਾਣ ਕਰਵਾਈ ਆ ਜੀ। ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਕਿੱਥੇ ਜਾਣਾ, ਕਿੱਥੇ ਖਾਣਾ, ਇਹ ਸਭ ਮਾਲਕ ਦਾ ਭਾਣਾ। ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਜੀ, ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਉੱਤੇ ਜੀ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।